ਜਗਬਾਣੀ ਟੀਵੀ ਦੇਖ ਰਹੇ ਹੋ, ਮੈਂ ਹਾਂ ਪ੍ਰਕਾਸ਼ ਸ਼ਰਮਾ। ਅੱਜ ਦੇ ਸਮੇਂ ਦੇ ਵਿੱਚ ਦੇਖੀਏ ਤਾਂ ਹਰ 10ਵੇਂ ਇਨਸਾਨ ਤੋਂ ਬਾਅਦ, ਜੇ ਕਹਿ ਲਈਏ 10 ਇਨਸਾਨਾਂ ਦੇ ਵਿੱਚੋਂ 7 ਇਨਸਾਨ ਨੇ ਜਿਹੜੇ ਉਹ ਮੋਟਾਪੇ ਦੇ ਨਾਲ ਗ੍ਰਸਤ ਨੇ, ਜਾਂ ਕਹਿ ਲਈਏ ਬਿਮਾਰੀਆਂ ਦੇ ਨਾਲ ਘਿਰੇ ਹੋਏ ਨੇ। ਪਰ ਕਾਰਨ ਕੀ ਹੈ? ਡਾਕਟਰ ਅਕਸਰ ਹੀ ਕਿਹਾ ਕਰਦੇ ਨੇ ਵੀ ਖਾਣ ਪੀਣ ਦੇ ਵੱਲ ਪਰਹੇਜ਼ ਕਰਨਾ ਚਾਹੀਦਾ, ਜਾਂ ਕਹਿ ਲਈਏ ਵੀ ਖਾਣ ਵਾਲੀਆਂ ਵਸਤਾਂ ਜਿਨ੍ਹਾਂ ਦੇ ਵਿੱਚ ਅਸੀਂ ਖਾਣਾ ਖਾਂਦੇ ਹਾਂ ਉਹਨਾਂ ਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ, ਪਰ ਕਿਤੇ ਨਾ ਕਿਤੇ ਇਨਸਾਨ ਹੈ ਜਿਹੜਾ ਉਹਨੂੰ ਅਣਗੌਲਿਆ ਕਰ ਦਿੰਦਾ। ਸਾਡੇ ਪਿੱਛੇ ਦੇਖ ਰਹੇ ਹੋ ਤੁਸੀਂ ਕਿ ਇਸ ਵੇਲੇ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਦੀ ਦੁਕਾਨ ਜੋ ਮਲੇਰਕੋਟਲਾ ਦੇ ਵਿੱਚ ਸਥਿਤ ਹੈ, ਸਾਡੇ ਰੁਕਣ ਦਾ ਖਾਸ ਕਾਰਨ ਅਤੇ ਸਾਨੂੰ ਖਿੱਚਣ ਦਾ ਕੇਂਦਰ ਬਣ ਗਈ। ਅਤੇ ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਨੌਜਵਾਨ ਯੁਵਕ ਦੇ ਨਾਲ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਮਾਤੀ ਭਾਈ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਖਿੱਚ ਦਾ ਕਾਰਨ ਬਣਿਆ ਤੁਹਾਡੇ ਤਾਂਬੇ ਅਤੇ ਪਿੱਤਲ ਦੇ ਬਰਤਨ, ਕਾਰਨ ਦੱਸ ਸਕਦੇ ਹੋ ਜੀ ਕਿ ਤੁਹਾਡੀ ਦੁਕਾਨ ਦੇ ਵਿੱਚ ਤਾਂਬਾ ਅਤੇ ਪਿੱਤਲ ਦੀ ਬਹੁਤਾਤ ਬਹੁਤ ਜ਼ਿਆਦਾ ਹੈ ਬਰਤਨਾਂ ਦੀ, ਕਾਰਨ ਕੀ ਹੈ ਜੀ? ਇਹ ਜਿੱਦਾਂ ਆਪਾਂ ਜੇ ਸਟੀਲ ਜਾਂ ਅਲਮੋਨੀਅਮ ਵਰਤਦੇ ਹਾਂ ਤਾਂ ਉਹਦੇ 'ਚ ਬਿਮਾਰੀਆਂ ਲੱਗਦੀਆਂ ਨੇ। ਸਾਡੇ ਕੋਲ ਕਸਟਮਰ ਆ ਜੋ ਪਿੱਤਲ ਉਹ ਤਾਂਬੇ ਦੇ ਜ਼ਿਆਦਾ ਕਸਟਮਰ ਆ, ਅਤੇ ਲੋਕਾਂ ਨੂੰ ਪਤਾ ਚੱਲ ਗਿਆ ਜੇ ਸਟੀਲ ਜਾਂ ਅਲਮੋਨੀਅਮ 'ਚ ਖਾਂਦੇ ਪੀਂਦੇ ਨੇ ਤਾਂ ਉਹਨਾਂ 'ਚ ਬਿਮਾਰੀਆਂ ਲੱਗਦੀਆਂ ਨੇ, ਜਾਂ ਇਹ ਪਿੱਤਲ ਦੇ ਵਰਤੋਂ ਕਰਨਗੇ ਬਰਤਨ ਉਹਨਾਂ 'ਚ ਬਿਮਾਰੀਆਂ ਨਹੀਂ ਲੱਗਦੀਆਂ। ਅਤੇ ਪਿੱਤਲ ਦੇ ਬਰਤਨ ਅਕਸਰ ਦੇਖਿਆ ਜਾਂਦਾ ਸੀ ਵੀ ਤਕਰੀਬਨ ਇਹ ਲਗਾ ਲਓ ਵੀ ਅੱਜ ਤੋਂ 3 ਦਹਾਕੇ ਪਹਿਲਾਂ ਜਾਂ 30-35 ਸਾਲ ਪਹਿਲਾਂ ਲੋਕ ਆਮ ਘਰਾਂ ਦੇ ਵਿੱਚ ਬਰਤਨ ਲੱਗ ਗਏ, ਉਸ ਤੋਂ ਬਾਅਦ ਸਟੀਲ ਆ ਗਿਆ। ਪਿੱਤਲ ਦੇ ਬਰਤਨਾਂ ਦੀ ਮੰਗ ਕਿੰਨੀ ਕੁ ਹੈ ਮਲੇਰਕੋਟਲਾ ਸ਼ਹਿਰ ਦੇ ਵਿੱਚ ਜੀ? ਪਿੱਤਲ ਦੀ ਮੰਗ ਮਲੇਰਕੋਟਲਾ ਵਿੱਚ ਬਹੁਤ ਜ਼ਿਆਦਾ ਹੈ, ਪਿੱਤਲ ਔਰ ਲੋਹੇ ਦੀ। ਜਿੱਦਾਂ ਆਪਾਂ ਕਹਿ ਦਈਏ ਪਿੱਤਲ ਦੇ ਵਿੱਚ ਆਪਾਂ ਖਾਣਾ ਪੀਣਾ ਜਿੱਦਾਂ ਬਣਾਉਂਦੇ ਹਾਂ ਉਹ ਬਹੁਤ ਵਧੀਆ ਰਹਿੰਦਾ ਹੈ ਆਮ ਧਾਤਾਂ ਨਾਲੋਂ, ਅਤੇ ਜਿੱਦਾਂ ਪਾਣੀ ਪੀਣ ਵਾਸਤੇ ਉਹ ਕੋਪਰ ਹੁੰਦਾ ਵਧੀਆ। ਅਤੇ ਆਪਾਂ ਕਹਿ ਦਈਏ ਪਿੱਤਲ ਦੇ ਵਿੱਚ ਤੁਹਾਨੂੰ ਹਰ ਆਈਟਮ ਮਿਲ ਜਾਣੀ ਆ, ਸੁਰਾਹੀ ਪੁਰਾਣੇ ਸ਼ੋ ਪੀਸ ਵਾਸਤੇ ਜਾਂ ਹੋਰ ਵੀ ਆਈਟਮ ਸਾਰੀ ਤਰ੍ਹਾਂ ਦੀ ਆਈਟਮ ਮਿਲ ਜਾਣੀ। ਅਤੇ ਲੋਕ ਆ ਕੇ ਮੰਗ ਕਰਦੇ ਹੋਣਗੇ ਜੀ ਸਾਨੂੰ ਪਿੱਤਲ ਦੇ ਗਲਾਸ ਚਾਹੀਦੇ ਨੇ, ਕੀ ਤੁਹਾਡੇ ਕੋਲ ਕਿਹੜੇ ਕਿਹੜੇ ਗਲਾਸ ਨੇ ਵੀ ਆਈਟਮਾਂ ਦਿਖਾਉਂਦੇ ਜਾਓ ਨਾਲ ਦੀ ਨਾਲ, ਵੀ ਜਿੱਦਾਂ ਕੱਪ ਆ ਇਹ ਕਿਸ ਚੀਜ਼ ਦਾ ਬਣਿਆ ਜੀ? ਬੜਾ ਹੈਵੀ ਕੁਆਲਿਟੀ ਹੈ। ਹਾਂਜੀ, ਇਹ ਹੈਵੀ, ਇਹਦਾ ਵਜ਼ਨ ਪੂਰਾ ਹੈਵੀ ਹੈ ਪਿੱਤਲ ਦਾ, ਅਤੇ ਪਿੱਤਲ ਦਾ ਕੱਪ ਆ, ਇਹ ਚਾਹ ਵਾਸਤੇ ਯੂਜ਼ ਕਰਦੇ, ਇਹਦੇ 'ਚ 10 ਕਿਲੋ ਪੈ ਜਾਣਾ। ਠੀਕ ਹੈ। ਅਤੇ ਇਹਦੇ ਪ੍ਰਾਈਸ ਹੈਗਾ 450 ਦਾ ਪ੍ਰਾਈਸ ਹੋਣਾ ਇਹਦਾ, ਅਤੇ ਬਾਕੀ ਗਲਾਸ ਮਿਲ ਜਾਣਾ ਤੁਹਾਨੂੰ ਇੱਦਾਂ ਦੇ ਪਿੱਤਲ ਦੇ ਜੋ ਪੁਰਾਣੇ ਟਾਈਮ 'ਚ ਚੱਲਦੇ ਸੀਗੇ, ਹਾਂ ਇਹ ਗਲਾਸ ਮਿਲ ਜਾਣਾ 1.5 ਤੋਰੀ ਰੇਂਜ 'ਚ ਹੋਣਾ, ਅਤੇ ਇੱਦਾਂ ਦੇ ਗਲਾਸ ਮਿਲ ਜਾਣੇ ਆ, ਅਤੇ ਜੋ ਪੁਰਾਣੇ ਟਾਈਮ ਦੇ ਵਿੱਚ ਚੱਲਦੇ ਹੁੰਦੇ ਸੀ ਲੱਸੀ ਵਾਲੇ ਗਲਾਸ, ਇਹ ਵੀ ਗਲਾਸ, ਇਹ ਗਲਾਸ ਨੇ। ਅਤੇ ਹੋਰ ਜਿਵੇਂ ਦੇਖ ਸਕਦੇ ਵੀ ਸਟੀਲ ਬੜਾ ਘੱਟ ਰੱਖਿਆ ਹੋਇਆ, ਕਾਰਨ ਕੀ ਹੈ? ਨਾਲ ਤਾਂਬਾ ਅਤੇ ਪਿੱਤਲ ਹੀ ਜ਼ਿਆਦਾ ਕਿਉਂ ਹੈ ਜੀ? ਇਹ ਜੀ ਇੱਦਾਂ ਸਾਡਾ ਜ਼ਿਆਦਾ ਅਸੀਂ ਸਟੀਲ ਜਾਂ ਅਲਮੋਨੀਅਮ ਵੇਚ ਕੇ ਜ਼ਿਆਦਾ ਖੁਸ਼ ਨਹੀਂ ਹੈਗੇ, ਅਤੇ ਜੋ ਇਹਦੇ 'ਚ ਬਿਮਾਰੀਆਂ ਅਕਸਰ ਸਟੀਲ ਦੇ ਅਲਮੋਨੀਅਮ ਵਿੱਚ ਹੀ ਲੱਗਦੀਆਂ ਨੇ, ਜੇ ਸਾਡੇ ਕੋਲ ਜ਼ਿਆਦਾ ਪਿੱਤਲ ਹੀ ਸੇਲ ਹੁੰਦਾ ਜਾਂ ਤਾਂਬਾ ਹੀ ਸੇਲ ਹੁੰਦਾ। ਅਤੇ ਜਿਵੇਂ ਕਹਿ ਲਈਏ ਸਟੀਲ ਤੋਂ ਬਿਮਾਰੀਆਂ ਲੱਗਦੀਆਂ ਨੇ, ਲੋਕ ਪਲਾਸਟਿਕ ਦੇ ਬਰਤਨ ਵੀ ਵਰਤਣ ਲੱਗ ਗਏ, ਸਟੀਲ ਘਸ ਕੇ ਅੰਦਰ ਜਾਂਦਾ ਹੈ ਉਹ ਬਿਮਾਰੀਆਂ ਦਾ ਕਾਰਨ ਬਣਦਾ ਹੈ, ਇਹਦਾ ਫਾਇਦਾ ਕੀ ਹੈ ਜੀ ਪਿੱਤਲ ਜਾਂ ਤਾਂਬੇ ਦਾ ਜੇ ਘਸ ਕੇ ਅੰਦਰ ਜਾਂਦਾ? ਜਿੱਦਾਂ ਸਟੀਲ ਜਾਂ ਅਲਮੋਨੀਅਮ ਘਸ ਕੇ ਅੰਦਰ ਜਾਂਦਾ ਉਹਦਾ ਨੁਕਸਾਨ ਹੈ, ਜਿੱਦਾਂ ਇਹ ਘਸ ਕੇ ਜਾ ਰਿਹਾ ਜੇ ਆਪਾਂ ਦੇ ਬਜ਼ੁਰਗਾਂ ਦੇ ਟਾਈਮ ਤੋਂ ਪਿੱਤਲ ਅਤੇ ਤਾਂਬੇ ਦੇ ਬਰਤਨ ਹੀ ਚੱਲਦੇ ਆ ਰਹੇ ਨੇ, ਤਾਂ ਉਹਨਾਂ ਸਿਹਤਾਂ ਵੀ ਠੀਕ ਰਹਿੰਦੀਆਂ ਸੀ, ਉਹਨਾਂ ਜਿਸਮਾਂ 'ਚ ਜਾਨ ਵੀ ਰਹਿੰਦੀਆਂ ਸੀਗੀਆਂ। ਜਿੱਦਾਂ ਹੁਣ ਆਪਾਂ ਇਹ ਵਰਤਾਂਗੇ ਜਾਂ ਆਪਾਂ ਇਹ ਬਣਾਵਾਂਗੇ ਘਸ ਕੇ ਵੀ ਅੰਦਰ ਜਾਣਾ, ਤਾਂ ਵੀ ਆਪਣੇ ਲਈ ਬੈਨੀਫਿਟ ਆ, ਆਪਣੇ ਲਈ ਫਾਇਦਾ ਹੀ ਹੈ ਇਹਦਾ, ਇਹਦਾ ਨੁਕਸਾਨ ਕੋਈ ਨਹੀਂ ਹੈਗਾ। ਅਤੇ ਬਾਹਰ ਦੇਖ ਸਕਦੇ ਹਾਂ ਵੀ ਇੱਕ ਕੈਂਪਰ ਰੱਖਿਆ ਹੋਇਆ ਤੁਹਾਡਾ, ਅਤੇ ਇਹ ਪਾਣੀ ਵਾਲਾ ਜੀ? ਇਹ ਹਾਂਜੀ, ਇਹ ਪਾਣੀ ਵਾਲਾ ਜੀ, ਇਹ ਤਾਂਬੇ ਦਾ ਕੈਂਪਰ ਆ ਪਾਣੀ ਵਾਲਾ, 12 ਲੀਟਰ ਪਾਣੀ ਪੈ ਜਾਣਾ। ਠੀਕ ਹੈ। ਇਹਦੇ ਵਿੱਚ ਜਿੱਦਾਂ ਆਪਾਂ ਰਾਤ ਨੂੰ ਪਾਣੀ ਭਰ ਕੇ ਰੱਖਤਾ ਤਾਂ ਸਵੇਰੇ ਪੀਵੋ। ਠੀਕ ਹੈ। ਫੈਮਲੀ ਵੀ ਪਵਾਓ, ਫੈਮਲੀ ਨੂੰ ਵੀ।
ਜਿੱਦਾਂ ਇਹਦੇ 'ਚ ਆਪਾਂ ਕਹਿ ਦਈਏ ਚਰਬੀ ਵੱਧਦੀ ਆ ਜਾਂ ਬੀ ਪੀ ਘੱਟਦਾ ਵੱਧਦਾ, ਪੇਟ 'ਚ ਬਿਮਾਰੀਆਂ ਰਹਿੰਦੀਆਂ ਨੇ, ਥੋੜ੍ਹੇ ਬਹੁਤ ਗੈਸ ਤੇਜ਼ਾਬ ਆਉਂਦੀ ਰਹਿੰਦੀ ਆ, ਉਹ ਸਾਰੇ ਇਹ ਚੱਕਦੇ ਨੇ, ਉਹਦੇ ਤੋਂ ਨਜਾਤ ਦਵਾਉਂਦਾ। ਹਾਂਜੀ, ਨਜਾਤ ਦਿਲਾਉਂਦਾ। ਠੀਕ ਹੈ, ਲੋਕ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਤੁਹਾਡੇ ਇਹ ਤਵਾ ਰੱਖਿਆ ਹੋਇਆ ਪਿੱਤਲ ਦਾ ਜੀ, ਇਹ ਵੀ। ਹਾਂਜੀ, ਇਹ ਪਿੱਤਲ ਦੇ। ਠੀਕ ਹੈ, ਲੋਕ ਆ ਕੇ ਮਿੱਟੀ ਦੇ ਬਰਤਨਾਂ ਦੀ ਮੰਗ ਨਹੀਂ ਕਰਦੇ ਕਿਉਂਕਿ ਟ੍ਰੈਂਡ ਹੁਣ ਮਿੱਟੀ ਦੇ ਤਵਿਆਂ ਦਾ ਵੀ ਚੱਲ ਗਿਆ। ਮਿੱਟੀ ਦੇ ਤਵਿਆਂ ਦਾ ਵੀ ਟ੍ਰੈਂਡ ਚੱਲਦਾ ਤੇ ਇਹਦੇ ਤੇ ਵੀ ਚੱਲਦਾ। ਹੁਣ ਆਮ ਤਾਂ ਲੋਕ ਲੋਹੇ ਦੇ ਵਰਤਦੇ ਆ, ਮਤਲਬ ਜਾਂ ਪਿੱਤਲ ਦੇ ਵਰਤੋਂ, ਇਹਦੇ 'ਚ ਟੇਸਟ ਵੀ ਅਲੱਗ ਹੁੰਦਾ। ਜਿਵੇਂ ਆਪਾਂ ਇਹਦੇ ਰੋਟੀ ਰਹੂਗੀ, ਇਹਦੇ ਸੋਹਣੀ ਰੋਟੀ ਰਹੂਗੀ ਤੇ ਟੇਸਟ ਵੀ ਬਹੁਤ ਵਧੀਆ ਆਊਗਾ ਰੋਟੀ ਦਾ। ਪਿੱਤਲ ਜਾਂ ਤਾਂਬਾ ਆਪਾਂ ਕੁਛ ਵੀ ਬਰਤਨ ਵਰਤੀਏ ਤਾਂ ਉਹਦਾ ਅਲੱਗ ਜਿਹਾ ਟੇਸਟ ਆਉਂਦਾ। ਹਾਂਜੀ, ਅਲੱਗ ਟੇਸਟ ਹੋਊਗਾ, ਬਿਲਕੁਲ ਅਲੱਗ ਹੋਊਗਾ। ਠੀਕ ਹੈ, ਇੱਕ ਬਾਹਰ ਦੇਖਿਆ ਸੀ ਤੁਹਾਡੇ ਇੱਥੇ, ਆਜੋ ਨਾਲ ਹੀ ਆਜੋ ਤੇ ਆ ਜਿਹੜੀਆਂ ਸੁਰਾਹੀਆਂ ਨੇ ਪਾਣੀ ਵਾਲੀ ਬੋਟਲ ਹੈ ਜੀ, ਕੀ ਹੈ ਇਹ? ਕੋਪਰ ਦੀ ਬੋਤਲ ਹੈ ਜੀ ਪਾਣੀ ਵਾਲੀ। ਇਹਨੂੰ ਲੋਕ ਸਫ਼ਰ ਤੇ ਜਾਂ ਸਕੂਲ ਬੱਚੇ ਵਗੈਰਾ ਲੈ ਕੇ ਜਾਣ। ਕਿੰਨੇ ਲੀਟਰ ਪਾਣੀ ਪੈ ਜਾਂਦਾ? ਡੇਢ ਲੀਟਰ ਪੈ ਜਾਂਦਾ, ਇਹ 'ਚ ਲੀਟਰ ਵਾਲੀ ਵੀ ਮਿਲ ਜਾਣੀ ਆ ਤੁਹਾਨੂੰ, ਇਹਦੇ 'ਚ ਡੇਢ ਕੁ ਲੀਟਰ ਪਾਣੀ ਪੈ ਜਾਂਦਾ। ਠੀਕ ਹੈ, ਇਹ ਕਿਹੜੀ ਧਾਤ ਦੀ ਬਣੀ? ਇਹ ਕੋਪਰ ਧਾਤ ਦੀ ਆ, ਤਾਂਬੇ ਦੀ। ਇਹਦੇ 'ਚ ਸਵੇਰੇ ਜਾਂ ਸ਼ਾਮ ਨੂੰ ਪਾਣੀ ਭਰ ਕੇ ਰੱਖੋ, ਜੇ ਮਤਲਬ ਜੇ ਆਪਾਂ ਥੋੜ੍ਹਾ ਟਾਈਮ ਲਈ ਪਾਣੀ ਰੱਖਾਂਗੇ ਭਰ ਕੇ ਤਾਂ ਉਹਦਾ ਫਾਇਦਾ ਨਹੀਂ ਹੁੰਦਾ, ਥੋੜ੍ਹਾ ਟਾਈਮ ਪਾਣੀ ਪਿਆ ਰਹੇ ਤਾਂ ਫਾਇਦਾ, 2-3 ਘੰਟੇ ਬਾਅਦ ਪੀ ਸਕਦੇ ਆ। ਹਾਂਜੀ ਹਾਂਜੀ, ਤਾਂ ਉਹਦਾ ਬੈਨੀਫਿਟ ਆ। ਠੀਕ ਹੈ, ਤੇ ਇੱਕ ਆਹ ਅਲੱਗ ਜਿਹੀ ਚੀਜ਼ ਦੇਖੀ ਵੀ, ਮਲੇਰਕੋਟਲੇ ਦੇ ਲੋਕ ਜਿਹੜਾ ਹੁੱਕਾ ਪੀਣ ਦੇ ਵੀ ਸ਼ੌਕੀਨ ਨੇ। ਹਾਂਜੀ, ਹੁੱਕਾ ਪੀਣ ਦੇ ਵੀ ਸ਼ੌਕੀਨ ਨੇ ਮਲੇਰਕੋਟਲੇ ਦੇ ਲੋਕ। ਪਹਿਲਾਂ ਦੇਖਦੇ ਸੀ ਆਪਾਂ ਪੁਰਾਣੇ ਬਜ਼ੁਰਗ ਸੀਗੇ, ਉਹ ਹੁੱਕਾ ਵਰਤਦੇ ਸੀਗੇ, ਤੇ ਹੁਣ ਪੁਰਾਣਾ ਟ੍ਰੈਂਡ ਫੇਰ ਦੁਬਾਰਾ ਆ ਰਿਹਾ। ਜਿੱਦਾਂ ਹੁਣ ਲੋਕ ਕਈ ਵਿੱਚ ਵੀ ਲੋਕ ਸ਼ੌਕੀਨ ਵੀ ਨੇ ਪੁਰਾਣੇ ਚੀਜ਼ਾਂ ਦੇ, ਜਾਂ ਕੋਈ ਸ਼ੋਅ ਪੀਸ ਵਗੈਰਾ ਰੱਖਣ ਨੂੰ ਤੇ ਵਰਤਣ ਨੂੰ ਲੈ ਕੇ ਜਾਂਦੇ ਆ, ਇਹ ਵੀ ਵਿਕਦੇ ਆ। ਠੀਕ ਹੈ, ਹੁੱਕੇ ਦੀਆਂ ਕਿੰਨੀਆਂ ਕੁ ਕਿਸਮਾਂ ਰੱਖੀਆਂ ਹੋਈਆਂ ਤੁਹਾਡੇ? ਇਹ ਵਿਕਦਾ ਜੀ ਅਸਲ ਦੇ ਵਿੱਚ, ਮੰਗ ਹੁੰਦੀ ਹੈ? ਹਾਂਜੀ, ਇਹਨਾਂ ਦੀ ਮੰਗ ਬਿਲਕੁਲ ਹੈਗੀ ਆ, ਤੇ ਆਪਾਂ ਦੇ ਰਹੇ ਇਹਦੇ ਵਿੱਚ ਆਪਾਂ ਨੂੰ ਇੱਕ ਫਲੇਵਰ ਵਾਲਾ ਹੁੱਕਾ ਵੀ ਮਿਲ ਜਾਣਾ। ਠੀਕ ਹੈ, ਇਹਦੇ 'ਚ ਜਿੱਦਾਂ ਆਹ ਵਾਲਾ ਹੁੱਕਾ, ਇਹ ਤੰਬਾਕੂ ਵਗੈਰਾ ਬਜ਼ੁਰਗ ਜੋ ਪੀਂਦੇ ਸੀਗੇ, ਜੋ ਅੱਜ ਕੱਲ੍ਹ ਦੇ ਮੁੰਡੇ ਖੁੰਦੇ ਨੇ ਉਹ ਫਲੇਵਰ ਵਾਲਾ ਹੁੱਕਾ ਪੀਂਦੇ। ਇਹਦੇ ਵਿੱਚ ਕੀ ਪਾ ਕੇ ਪੀਂਦੇ? ਇਹਦੇ 'ਚ ਫਲੇਵਰ ਹੁੰਦਾ ਇੱਕ, ਤੇ ਜਿੱਦਾਂ ਆਪਾਂ ਨਸ਼ੇ ਵਾਲਾ ਨਹੀਂ ਹੁੰਦਾ, ਫਲੇਵਰ ਹੁੰਦਾ ਵਾ, ਉਹ ਪਾ ਕੇ ਅੱਜ ਕੱਲ੍ਹ ਦੇ ਨੌਜਵਾਨ ਪੀਂਦੇ ਨੇ। ਠੀਕ ਹੈ, ਤੇ ਕਹਿ ਲਈਏ ਵੀ ਹੁਣ ਲੱਕੜ ਦੇ ਛਾਬਿਆਂ ਦੀ ਗੱਲ ਹੋਈ ਹੁੰਦੀ ਸੀ ਕਹਿ ਲਈਏ, ਤੇ ਹੁਣ ਇਹ ਜਿਹੜਾ ਪਿੱਤਲ ਦਾ ਜੀ, ਇਹ ਪਿੱਤਲ ਦਾ ਛਾਬਾ ਆ ਗਿਆ, ਇਹਦੇ ਵਿੱਚ ਆਪਾਂ ਰੋਟੀ ਰੱਖ ਲਓ ਜਾਂ ਸਬਜ਼ੀ ਵਗੈਰਾ ਤੇ ਫਰੂਟ ਵਗੈਰਾ ਕੱਟ ਕੇ ਰੱਖ ਲਓ। ਹੁਣ ਛਾਬੇ ਪਿੱਤਲ ਦੇ ਵੀ ਛਾਬੇ, ਹਰ ਆਈਟਮ ਤੁਹਾਨੂੰ ਚਕਲੇ ਵੇਲਣੇ ਤੋਂ ਲੈ ਕੇ ਸਾਰੀ ਆਈਟਮ ਮਿਲ ਜਾਣੀ। ਠੀਕ ਹੈ, ਤੇ ਆਹ ਪਿੱਛੇ ਮੈਂ ਸੁਰਾਹੀ ਦੇਖ ਰਿਹਾ, ਤੇ ਜਿਵੇਂ ਕਹਿ ਲਈਏ ਵੀ ਰਾਜਿਆਂ ਦੇ ਸਮੇਂ ਵਿੱਚ ਦੇਖਣ ਨੂੰ ਮਿਲਦੀ ਸੀ, ਤੇ ਇਹ ਤੁਸੀਂ ਕਿਤੇ ਪੁਰਾਣੀ ਤਾਂ ਨਹੀਂ ਲੱਭ ਲਿਆ ਕਿਤੇ? ਨਾ ਨਾ, ਬਿਲਕੁਲ ਨਹੀਂ, ਇਹ ਟ੍ਰੈਂਡ ਪੁਰਾਣਾ ਦੁਬਾਰਾ ਚੱਲ ਪਿਆ। ਜਿੱਦਾਂ ਆਪਾਂ ਕਹਿੰਦੇ ਸੀ ਇਹ ਰਾਜੇ ਮਹਾਰਾਜੇ ਜ਼ਮਾਨੇ 'ਚ ਚੱਲਦੀਆਂ ਹੁੰਦੀਆਂ ਸੀਗੀਆਂ, ਇਹਨਾਂ ਵਿੱਚ ਸੁਰਾਹੀ ਟੀ ਵੀ ਸ਼ੋਅ 'ਚ ਵੀ ਆਪਾਂ ਦੇਖਦੇ ਹਾਂ, ਕਈ ਸ਼ੋਅ 'ਚ ਹੁੰਦੀਆਂ ਨੇ ਇਹ। ਜਿਵੇਂ ਹੁਣ ਆਪਾਂ ਦੇਖਦੇ ਹਾਂ ਲੋਕ ਪੁਰਾਣੇ ਚੀਜ਼ਾਂ ਦੇ ਬਹੁਤ ਸ਼ੌਕੀਨ ਨੇ, ਉਹ ਇੱਦਾਂ ਦੇ ਸਮਾਨ ਸਪੈਸ਼ਲ ਲੈਣ ਆਉਂਦੇ ਆ ਦੂਰੋਂ ਦੂਰੋਂ ਲੋਕ ਪਿੱਤਲ ਦੇ। ਜੇ ਜਿੱਦਾਂ ਆਪਾਂ ਦੇਖਦੇ ਸਟੀਲ ਰਮਾਉਂਦੇ, ਸਾਡੇ ਕੋਲ ਬਿਲਕੁਲ ਨਹੀਂ ਹੈਗਾ, ਥੋੜ੍ਹਾ ਬਹੁਤ ਹੈਗਾ, ਉਹ ਵੀ ਰੱਖਣੀ ਪੈਂਦੀ ਕੁਆਲਿਟੀ ਜਾਂ ਕਸਟਮਰ ਮੰਗ ਲੈਂਦਾ। ਤੇ ਲੋਕ ਆ ਕੇ ਜ਼ਿਆਦਾ ਪਿੱਤਲ ਦੇ ਤਾਂਬੇ ਦੀ ਮੰਗ ਕਰਦੇ? ਹਾਂਜੀ ਬਿਲਕੁਲ, ਪਿੱਤਲ ਔਰ ਤਾਂਬੇ ਦੀ ਮੰਗ ਜ਼ਿਆਦਾ ਸਾਡੇ ਕੋਲ, ਅਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਟੀਲ ਹਰਮੋਨੀਅਮ ਨਾ ਵਰਤਣੇ, ਪਿੱਤਲ ਹੀ ਵਰਤਣ, ਦੁਆਰਾ ਇਹਦਾ ਯੁੱਗ ਚੱਲਣਾ, ਪਿੱਤਲ ਇਹ ਚੱਲ ਪਿਆ, ਪਿੱਤਲ ਟ੍ਰੈਂਡ ਇਹਦਾ ਹੀ ਆ। ਅਤੇ ਉਮਰ ਭਾਵੇਂ ਨਿੱਕੀ ਹੈ ਨੌਜਵਾਨ ਦੀ, ਪਰ ਕਹਿ ਲਈਏ ਵੀ ਬਰਤਨਾਂ ਦੇ ਬਾਰੇ ਪੂਰੀ ਜਾਣਕਾਰੀ ਹੈ, ਪੂਰਾ ਤਜਰਬਾ, ਅਤੇ ਪੁਰਾਣੇ ਸਮਿਆਂ ਦੇ ਨਾਲ ਕਹਿ ਲਈਏ ਵੀ ਪੁਰਾਣੇ ਸਮਿਆਂ ਦੀ ਯਾਦ ਕਰਵਾ ਦਿੱਤੀ। ਕਿਤੇ ਨਾ ਕਿਤੇ ਪੁਰਾਣੇ ਸਮੇਂ ਦੇ ਵਿੱਚ ਜਿੱਥੇ ਬਜ਼ੁਰਗ ਕਿਹਾ ਕਰਦੇ ਸੀ ਕਿ ਪਿੱਤਲ ਅਤੇ ਤਾਂਬੇ ਵਿੱਚ ਹਮੇਸ਼ਾ ਖਾਣਾ ਚਾਹੀਦਾ, ਸਰੀਰ ਤੁਹਾਡਾ ਹਮੇਸ਼ਾ ਤੰਦਰੁਸਤ ਰਹੂਗਾ, ਅਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਇਹ ਸ਼ਾਇਦ ਉਹੀ ਦੁਬਾਰਾ ਲੋਕ ਉੱਧਰ ਨੂੰ ਵਾਪਸ ਪਰਤਣੇ ਸ਼ੁਰੂ ਹੋ ਗਏ। ਅਕਸਰ ਆਪਾਂ ਦੇਖਿਆ ਕਰਦੇ ਸੀ ਵੀ
ਪਿੱਤਲ ਅਤੇ ਤਾਂਬੇ ਦੀਆਂ ਜੋ ਵਸਤਾਂ ਸੀ, ਪੁਰਾਤਨ ਸਮਾਨ ਸੀ, ਉਹ ਕਿਸੇ ਟਾਵੇ ਟੱਲੇ ਵਿਅਕਤੀ ਕੋਲ ਹੀ ਹੁੰਦੀਆਂ ਸੀ। ਪਰ ਇਹ ਜਿਹੜਾ ਟ੍ਰੈਂਡ ਆ ਦੁਬਾਰਾ ਤੋਂ ਮਲੇਰਕੋਟਲਾ ਦੇ ਵਿੱਚ ਮੁੜ ਕੇ ਚੱਲ ਪਿਆ ਅਤੇ ਲੋਕ ਨੇ ਜਿਹੜੇ ਪਿੱਛੇ ਦੇਖ ਸਕਦੇ ਹੋ ਤਾਂਬੇ ਅਤੇ ਪਿੱਤਲ ਦੇ ਬਰਤਨਾਂ ਦੇ ਵੱਲ ਦੁਬਾਰਾ ਤੋਂ ਪਰਤਣ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੋ ਬਿਮਾਰੀਆਂ ਤੋਂ ਆਪਾਂ ਨੇ ਰਾਹਤ ਲੈਣੀ ਹੈ, ਬਿਮਾਰੀਆਂ ਤੋਂ ਨਿਜਾਤ ਪਾਉਣੀ ਹੈ, ਤਾਂ ਸਾਨੂੰ ਕਿਤੇ ਨਾ ਕਿਤੇ ਦੁਬਾਰਾ ਇਸ ਤਾਂਬੇ ਅਤੇ ਪਿੱਤਲ ਵੱਲ ਵਾਪਸੀ ਕਰਨੀ ਪੈਣੀ ਹੈ। ਅਤੇ ਹੁਣ ਇਹੀ ਦੇਖਣਾ ਹੋਵੇਗਾ, ਕਿਉਂਕਿ ਡਾਕਟਰ ਵੀ ਕਹਿੰਦੇ ਹੁੰਦੇ ਨੇ ਵੀ ਬਿਮਾਰੀਆਂ ਤੋਂ ਬਚਣ ਲਈ ਹਮੇਸ਼ਾ ਤੁਸੀਂ ਤਾਂਬੇ ਅਤੇ ਪਿੱਤਲ ਦੀ ਵਰਤੋਂ ਕਰੋ, ਸਟੀਲ ਅਤੇ ਪਲਾਸਟਿਕ ਨੂੰ ਅਵੋਇਡ ਕਰੋ, ਉਹਨਾਂ ਨੂੰ ਉਹਨਾਂ ਤੋਂ ਪਰਹੇਜ਼ ਕਰੋ। ਕੈਮਰਾ ਪਰਸਨ ਜਗਪ੍ਰੀਤ ਸਿੰਘ ਦੇ ਨਾਲ ਜਗਬਾਣੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ।